ਅਸਲਾਮੁਆਲੇਕ ਸਿਆਸੀ ਡੈਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਦਿਨ ਬਦਨ ਹਰ ਰੋਜ਼ ਤਾਜ਼ਾ ਖਬਰਾਂ ਤਾਜ਼ਾ ਤਬਸਰੇ ਔਰ ਤਾਜ਼ਾ ਸਕੈਂਡਲ ਲੈ ਕੇ ਅਸੀਂ ਹਮੇਸ਼ਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਆਂ ਕੱਲ ਅਸੀਂ ਤੁਹਾਡੇ ਸਾਹਮਣੇ ਇੱਕ ਸਕੈਂਡਲ ਪੇਸ਼ ਕੀਤਾ 라ਵਲ ਪਿੰਡੀ ਤੋਂ ਇੱਕ ਫੈਮਿਲੀ ਦਾ ਜਿਹੜਾ ਨੇ ਤਕਰੀਬਨ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਹੈ ਉਹ ਮਲਵਸੀ ਫੌਜ ਦੇ ਉੱਤੇ ਹਮਲਿਆਂ ਤੇ ਔਰ ਛੁਪੇ ਸੀ ਬੈਰੀਆ ਟਾਊਨ 라ਵਲ ਪਿੰਡੀ ਦੇ ਵਿੱਚ ਆਪਣੇ ਦਿਲੋਂ ਬੜੇ ਛਪਕੇ ਬੈਠੇ ਸੀ ਤੇ ਔਰ ਨਾ ਬਰਤਾਨੀਆਂ ਦੇ ਵੀਜ਼ੇ ਵੀ ਲੈ ਲਾ ਸੌਰੀ ਫੈਮਿਲੀ ਨੇ ਲੈ ਲਾ ਮਤਲਬ ਕਿ ਵੀਜ਼ਾ ਦੇਣ ਵਾਲਿਆਂ ਤੇ ਵੀ ਹੈਰਾਨਗੀ ਹੈ ਕਿ ਕਿਹਾ ਤੋ ਸਾਇਦਾ ਇਹਨਾਂ ਦਾ ਕੋਈ ਚੈੱਕ ਨਹੀਂ ਕੀਤਾ ਪੁੱਛਿਆ ਨਹੀਂ ਪੁਲਿਸ ਕੋਲੋਂ ਏਜੰਸੀਆਂ ਕੋਲੋਂ ਕਿ ਕਿਸ ਕਿਸਮ ਦੇ ਬੰਦੇ ਨੇ ਕਿ ਆਇਆ ਬਰਤਾਨੀਆਂ ਜਾ ਵੀ ਸਕਦੇ ਨੇ ਕਿ ਨਹੀਂ ਹੋ ਸਕਦਾ ਕਿ ਤੇਰੇ ਪੈਸੇ ਪੁੱਛੇ ਵੀ ਚੱਲਦੇ ਹੁਣ ਸਾਨੇਸ ਗੱਲ ਦਾ ਨਹੀਂ ਪਤਾ ਲੇਕਿਨ ਇਹ ਅਜੀਬ ਕਿ ਸਾਇਕ ਮੈਂ ਚੈੱਕ ਕਰਨ ਵਾਲੇ ਕੋਈ ਮੈਂ ਕਿਹੜੇ ਕਿਹੜੇ ਬੰਦੇ ਅਸੀਂ ਬਰਤਾਨੀਆਂ ਟੋਰੀ ਜਾਂਦੇ ਆ ਉੱਥੇ ਜਾ ਕੇ ਵੀ ਇਹ ਕੁਝ ਕਰ ਸਕਦੇ ਨੇ ਜੋ ਇਹਨਾਂ ਇੱਥੇ ਕੀਤਾ ਠੀਕ ਹੈ ਨਾ ਤੇ ਇਹ ਅਸੀਂ ਸਕੈਂਡਲ ਜਿਹੜਾ ਅਲਹਮਦੁਲਿਲਾ ਇਹ ਤੁਹਾਡੇ ਸਾਹਮਣੇ ਰੱਖਿਆ ਔਰ ਜੋ ਇਤਲਾਮਾ ਸਾਡੇ ਕੋਲ ਆ ਰਹੀਆਂ ਨੇ ਕਿ ਉਹ ਉਹ ਮੇਰਾ ਨਹੀਂ ਅੰਦਾਜ਼ਾ ਕਿ ਉਹ ਹੁਣ ਪਾਕਿਸਤਾਨ ਤੋਂ ਉੱਡ ਕੇ ਤੇ ਬਰਤਾਨੀਆਂ ਪਹੁੰਚ ਸਕਣ ਕੋਈ ਨਾ ਕੋਈ ਮਿੱਠਾ ਜਿਹੜਾ ਉਹ ਟੱਕਰ ਚੁੱਕਿਆ ਆਉਣਾ ਉਹਨਾਂ ਨੂੰ ਠੀਕ ਹੋ ਗਿਆ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਅੱਜ ਫਿਰ ਫਾਇਟ ਤੇ ਹਮਲਾ ਚੀਫ ਜਸਟਿਸ ਦੀ ਫੈਮਲੀ ਫੜੀ ਗਈ ਮਾਈਆਂ ਬੇਨਕਾਬ ਇਹ ਮਾਈਆਂ ਜਿਹੜੀਆਂ ਨੇ ਯਕੀਨ ਕਰੋ ਇਹਨਾਂ ਨੂੰ ਬੜੀ ਲੱਗੀ ਇਹਨਾਂ ਨੂੰ ਕੋਈ ਜ਼ਿਆਦਾ ਹੀ ਇਸ਼ਕ ਜਿਹੜਾ ਨਾ ਉੱਚੜਿਆ ਪਤਾ ਨਹੀਂ ਜਵਾਨੀ ਦੇ ਵਿੱਚ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਉਹ ਪਿਆਰ ਨਹੀਂ ਮਿਲਿਆ ਜਿਹੜਾ ਇੱਕ ਸਾਥੀ ਕੋਲੋਂ ਸੱਜਣ ਕੋਲੋਂ ਬாய்ਫਰੈਂਡ ਕੋਲੋਂ ਮਿਲਣਾ ਚਾਹਣਾ ਮਿਲਣਾ ਸੀ ਜਾਂ ਮਿਲ ਸਕਦਾ ਸੀ ਇਹ ਨਹੀਂ ਮਿਲਿਆ ਇਹਨਾਂ ਨੂੰ ਤੇ ਇਹ ਸੁਮਰੇ ਯਾਨੀ ਕਿ 70 70 ਸਾਲ ਦੀਆਂ 60 60 ਸਾਲ ਦੀਆਂ ਹੋ ਕੇ ਤੇ ਇਹ ਬੇਨਕਾਬ ਵੀ ਹੁੰਦੀਆਂ ਨੇ ਮਿੱਠਾ ਜੀ ਦੇ ਥ्रू ਇਹ ਤੁਹਾਨੂੰ ਦੱਸਣਾ ਕੁਰੇਸ਼ੀ ਨੇ ਨਿਆਜ਼ ਨੂੰ ਪੀਟੀਆਈ ਤੋਂ ਕੱਢ ਦਿੱਤਾ ਸ਼ਾਹਮੁਦ ਕੁਰੇਸ਼ੀ ਪੀਟੀਆਈ ਦੇ ਵਿੱਚੋਂ ਕੱਢ ਦਿੱਤਾ ਇਸ ਖਬਰ ਨੂੰ ਪਈ ਲੱਗੜੇ ਨੇ ਦਿਹਾੜੀ ਦੋ ਚਾਰ ਬਾਅਦ ਸ਼ਾਹ ਦੀਤ ਤੋਂ ਪਹਿਲੇ ਹੀ ਲੱਗ ਜਾਣ ਇੰਦ ਗੱਲ ਕਰਨੇ ਇੱਕ ਹੀ ਚੱਕਰ ਨਿਆਜ਼ੇ ਦੀ ਗਿਸਤਾਰੀ ਪਹਿਲੇ ਤੋਂ ਪਹਿਲੇ ਫੌਜੀ ਜਰਨਲ ਨੂੰ ਸਦਾ ਇਹ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਗੋਸ਼ਤ گزار ਕਰਨੀਆਂ ਤੇ ਤਵੱਜੋ ਤੁਹਾਡੀ ਮਿੱਠਾ ਜੀ ਪੂਰੀ ਇਹਦੇ ਉੱਤੇ ਚਾਹੀਦੀ ਹੈ ਠੀਕ ਹੋ ਗਨ ਪਹਿਲੀ ਖਬਰ ਤੇ ਆਜੋ ਚੀਫ ਜਸਟਿਸ ਦੀ ਫੈਮਲੀ ਜਿਹੜੀ ਆ ਉਹ ਫੜੀ ਜਾਂਦੀ ਹੈ ਮਾਈਆਂ ਬੇਨਕਾਬ ਇਹ ਮਾਈਆਂ ਕੌਣ ਨੇ 21 ਧੰਦਾ ਇਹ ਅਸੀਂ ਤੁਹਾਡੇ ਕੋਸ਼ਤ گزار ਕਰਨਾ ਜਿਸ ਤਰ੍ਹਾਂ ਅਸੀਂ ਪਹਿਲੇ ਤੁਹਾਨੂੰ ਕਹਿ ਚੁੱਕੇ ਹਾਂ ਕਿ ਇਹ ਮਾਈਆਂ ਜਿਹੜੀਆਂ ਨੇ ਖਾਸ ਤੌਰ ਤੇ ਜਿਹੜੀਆਂ 40 ਤੋਂ 70 ਦੇ ਦਰਮਿਆਨ ਨੇ ਇਹਨਾਂ ਨੂੰ ਬੜੀ ਅਜੀਬੋ ਗਰੀਬ ਕਿਸਮ ਦੀ ਅੱਗ ਲੱਗੀ। ਔਰ ਇਹ ਸਾਰੀਆਂ ਉਹ ਮਾਈਆਂ ਨੇ ਜਿਹੜੀਆਂ 엘ੀਟ ਕਲਾਸ ਦੀਆਂ ਨੇ। ਅਰਬਪਤੀ, ਕਰੋੜਪਤੀ, ਖਰਬਪਤੀ ਖਾਨਦਾਨਾਂ ਦੀਆਂ ਨੇ। ਔਰ ਵੱਡੇ ਵੱਡੇ ਜਿਹੜੇ ਅਫਸਰਾਨ ਨੇ ਜਿਨ੍ਹਾਂ ਨੇ ਇਸ ਮੁਲਕ ਦਾ ਪੈਸਾ ਲੁੱਟਿਆ ਔਰ ਹਰਾਮ ਦਾ ਪੈਸਾ ਉਹ ਖਾ ਖਾ ਕੇ ਇਹਨਾਂ ਦਾ ਕੱਖ ਕੰਡਾ ਨਹੀਂ ਰਿਹਾ ਇਹਨਾਂ ਮਾਈਆਂ ਦਾ। ਇਹਨਾਂ ਨੇ ਇਹ ਇਸ ਇਹ ਅਗਰ ਪੂਰਾ ਇਹਨੂੰ ਫੋਲ ਕੇ ਲਿਆਈਏ ਨਾ ਅਸੀਂ ਆ ਫੌਜ ਦੇ ਉੱਤੇ ਹਮਲੇ ਨੂੰ ਤੇ ਜਿਹੜੇ ਅਸਰ ਕਿਰਦਾਰ ਨੇ ਹੋਇਆ ਹੀ ਨੇ ਅਗਰ ਦੀਆਂ ਮਾਈਆਂ ਨੇ ਠੀਕ ਹੈ ਨਾ ਇਹ ਹੁਣ ਸਰਕਾਰ ਚੀਫ ਜਸਟਿਸ ਸਾਹਿਬ ਕਾ ਇੱਕ ਖਾਜਾ ਜਵਾਦ ਐਸ ਖਾਜਾ ਉਹਦੀ ਫੈਮਿਲੀ ਜਿਹੜੀ ਆ ਪੂਰੀ ਫੜੀ ਗਈ ਅਸੀਂ ਉਹਦੀ ਵੀਡੀਓ ਵੀ ਟਵਿੱਟਰ ਦੇ ਉੱਤੇ ਸੱਠੀ ਔਰ ਰੌਲਾ ਪੈ ਗਿਆ ਹਰ ਪਾਸੇ ਔਰ ਇਹ ਤਰੇ ਚਾਰ ਮਾਈਆਂ ਨੇ ਦੇੜਾ ਜਕੂ ਜਿਹੜਾ ਜਿਹੜਾ ਸਾਬਕਾ ਚੀਫ ਜਸਟਿਸ ਸੀ ਜਿਹੜਾ ਅੱਜਕੱਲ ਪਟੀਸ਼ਨ ਲੈ ਕੇ ਨਹੀਂ ਗਿਆ ਫੌਜੀ ਅਦਾਲਤਾਂ ਨਾਲ ਬਣਾਓ ਉਹ ਇਹਨਾਂ ਵਾਸਤੇ ਇਹਨਾਂ ਮਾਈਆਂ ਵਾਸਤੇ ਲੈ ਕੇ ਗਿਆ ਸੀ ਉਹਨਾਂ ਮਾਈਆਂ ਜਿਹੜੀਆਂ ਨੇ ਉਹ ਮਤਲਬ ਫੌਲ ਕੋਰ ਕਮਾਂਡਰ ਤੇ ਘਰ ਸਾੜ ਰਹੀਆਂ ਔਰ ਅੱਗਾ ਲਾ ਰਹੀਆਂ ਔਰ ਮਜ਼ੇ ਲੈ ਰਹੀਆਂ ਔਰ ਸ਼ਰਾਬਾਂ ਚੱਲ ਰਹੀਆਂ ਨੇ ਔਰ ਭੰਗੜੇ ਪਾ ਰਹੀਆਂ ਨੇ ਔਰ ਪਤਾ ਨਹੀਂ ਕੀ ਕੀ ਕਰ ਰਹੀਆਂ ਨੇ ਤੇ ਇਹ ਜਿਹੜਾ ਚੀਫ ਜਸਟਿਸ ਸਾਬਕਾ ਜਵਾਦ ਹੈ ਸਖਾਜਾ ਇਹ ਪਟੀਸ਼ਨ ਲੈ ਕੇ ਟਰ ਗਿਆ ਜੀ ਇਹਨਾਂ ਨੂੰ ਨਾ ਇਹਨਾਂ ਨੂੰ ਕੁਝ ਨਹੀਂ ਕਹਿਣਾ ਫੌਜੀ ਅਦਾਲਤਾਂ ਤੇ ਬਣਾਣੀਆਂ ਨਹੀਂ ਚਾਹੀਦੀਆਂ ਚੀਜ਼ ਬੰਦੀਾਲ ਸਾਹਿਬ ਉਹ ਪਟੀਸ਼ਨ ਲੈ ਕੇ ਗਿਆ ਤੇ ਮਾਈਆਂ ਜਿਹੜੀਆਂ ਇਹ ਫੜੀਆਂ ਗਈਆਂ ਇਹ ਉਂਤਰਾ ਮਾਈਆਂ ਨੇ ਇਹਨਾਂ ਦੇ ਨਾਮ ਵੀ ਅਜੀਬ ਹੁੰਦੇ ਨੇ ਲੁੱਡੀ ਗੁੱਡੀ ਮਹਿਕ ਔਰ ਪਤਾ ਨਹੀਂ ਟਿਬਰੀ ਕਿਉਂਕਿ ਮਾਡਰਨ ਜੋ ਵੱਡੇ ਜਿਹੇ ਲੋਗ ਨੇ ਕੁਝ ਸਾਫਤਾ ਆਪਣੀ ਪੈਸੇ ਦਾ ਔਰ ਕੋਈ ਪਤਾ ਨਹੀਂ ਭਈ ਬੰਦੇ ਇਦਰੋਂ ਚੜਦੇ ਨੇ ਇਦਰੋਂ ਲੈਂਦੇ ਨੇ ਇੰਜ ਹੀ ਬੱਜੀ ਵੇ ਇਹ ਇੱਕ ਪਿੰਡ ਦੀਆਂ ਸਾਈਕਲਾਂ ਨਹੀਂ ਹੁੰਦੀਆਂ ਸਾਰੇ ਵਾਸਤੇ ਖੁੱਲਾ ਖਾਤਾ ਹੈ ਮਤਲਬ ਅਮੀਰ ਜੁਨੇ ਅਤੇ ਮਾਡਰਨ ਜੁਨੇ ਨਾਮ ਹੀ ਨੇ ਇਸ ਤਰ੍ਹਾਂ ਦੇ ਹੁੰਦੇ ਨੇ ਜੌਡੀ ਗੌਡੀ ਇਸ ਤਰ੍ਹਾਂ ਦੇ ਨਾਮ ਹੁੰਦੇ ਨੇ ਠੀਕ ਹੈ ਨਾ ਇਹ ਹੁਣ ਤਰ੍ਹਾਂ ਜਿਹੜੀਆਂ ਨੇ ਇਹ ਹੁਣ ਫੜੀਆਂ ਗਈਆਂ ਨੇ ਸਾਡੀ ਇਤਲਾਹ ਦੇ ਮੁਤਾਬਕ ਇਹ ਮਾਈਆਂ ਜਿਹੜੀਆਂ ਤੇ ਉਹ ਚੀਫ ਜਸਟਿਸ ਜਿਹੜਾ ਜਵਾਦ ਅਸ ਖਾਜਾ ਉਹ ਹੁਣ ਉੱਥੇ ਪਟੀਸ਼ਨ ਲੈ ਕੇ ਲਗਾ ਫਿਰਦਾ ਜੀ ਇਹ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਹਰ ਇਹ ਮਾਈਆਂ ਸੀ ਬੇਨਕਾਬ ਕਰ ਦਿੱਤੀਆਂ ਇਹ ਚੀਫ ਜਸਟਿਸ ਸਾਬਕਾ ਦੀ ਫੈਮਿਲੀ ਹੈ ਔਰ ਇਹਨਾਂ ਦੀ ਵੀਡੀਓ ਸੀ ਟਵਿੱਟਰ ਤੇ ਚਾਰ ਛੜੀ ਔਰ ਉਥੇ ਸਾਰਾ ਕੁਝ ਮਾਇਆ ਤੁਹਾਨੂੰ ਨਜ਼ਰ ਆ ਸਕਦੀ ਹੈ ਤੇ ਮਿਹਰਬਾਨੀ ਅਦਾਰਿਆਂ ਦੀ ਜਿਹੜੇ ਕਿਉਂਕਿ ਅਜੇ ਬੜੀ ਦੁਨੀਆ ਫੜਨ ਵਾਲੀ ਹੈ ਬੜੀ ਦੁਨੀਆ ਫੜਨ ਵਾਲੀ ਹੈ ਜੇ ਯਕੀਨ ਕਰੋ ਇਹ ਦੋ ਜਿਹੜਾ ਮੈਂ ਕਹਿੰਦਾ ਨਾ ਮੈਂ 2 ਸਾਲ ਲੱਗਣੇ ਨੇ ਸਾਨੂੰ ਇਹ ਇੱਕ ਇੱਕ ਜਿਹੜਾ ਇਹ ਸ਼ਰ ਪਸੰਦ ਫੜਨ ਵਾਸਤੇ ਇਹ ਕੋਈ ਏਡਾ ਸੌਖਾ ਕੰਮ ਨਹੀਂ ਹੈ ਠੀਕ ਹੈ ਨਾ ਬਾਹਰਲੇ ਸੀ ਵੀ ਲੱਗੇ ਆ ਤੇ ਸ਼ਹਿਰੀ ਵੀ ਲੱਗੇ ਨੇ ਤੇ ਅਦਾਰੇ ਵੀ ਲੱਗੇ ਨੇ ਤੁਹਾਡੇ ਅੱਗੇ ਵੀ ਸਾਡੀ ਗੁਜ਼ਾਰਿਸ਼ ਹੈ ਪਾਕਿਸਤਾਨੀ ਆਵਾਮ ਅੱਗੇ ਵੀ ਆਪਣੀ ਗਲੀ ਮਹੱਲ ਦੇ ਵਿੱਚ ਵੀ ਧਿਆਨ ਕੋ ਤੱਪਾ ਮਾਰ ਕੇ ਤੇ ਜੇ ਕੋਈ ਲਬਦਾ ਇਸ ਤਰ੍ਹਾਂ ਦਾ ਬੰਦਾ ਜਿਹੜਾ ਉਹਨਾਂ ਹਮਲਿਆਂ 'ਚ ਮਲਬੁੱਦ ਸੀ ਜਾਂ ਉਹ ਉਹ ਸੋਸ਼ਲ ਮੀਡੀਆ 'ਤੇ ਕੁਝ ਕਰ ਰਿਹਾ ਮੁਲਕ ਦੇ ਖਿਲਾਫ ਤੇ ਸਾਨੂੰ ਦੱਸ ਦਿਓ ਯਾਰ ਅਸੀਂ ਅੱਗੇ ਦੱਸ ਦਿਆਂਗੇ ਸਾਰਿਆਂ ਨੂੰ ਅਸੀਂ ਪਹੁੰਚਾ ਦਿਆਂਗੇ ਤੁਹਾਡਾ ਮੈਸੇਜ ਅਗਰ ਤੁਹਾਡੇ ਕੋਲ ਨਹੀਂ ਮੈਸੇਜ ਪਹੁੰਚਦਾ ਉ ਤਾਂ ਤੇ ਅਸੀਂ ਪਹੁੰਚਾ ਦਿਆਂਗੇ ਅਗਲੀ ਖਬਰ ਤੇ ਆਜੋ ਕੁਰੀਸ਼ ਨੇ ਨਿਆਜ਼ੀ ਨੂੰ ਪੀਟੀਆਈ 'ਚੋਂ ਕੱਢ ਛੜਿਆ ਕੁਰੀਸ਼ ਦਾ ਨਾਮ ਪਤਾ ਪੂਰਾ ਪੂਰਾ ਦਿਨ ਦਾ ਰਹੀਦੇ ਪਿਆਉ ਨੇ ਇਹ ਬੰਦੇ ਮੁਸਲਮਾਨ ਵੇਚੇ ਸੀ ਜਿਹੜੇ ਉਹ ਆਜ਼ਾਦੀ ਦੀ ਜੰਗ ਲੜਦੇ ਸੀ ਨਾ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਦਾ ਇਹਦਾ ਦਾਦਾ ਜਿਹੜਾ ਨਾ ਉਹਦਾ ਨਾਮ ਹੀ ਪਤਾ ਨਹੀਂ ਇਹ ਇਹ ਹੀ ਸੀ ਸ਼ਾ ਮਹਮੂਦ ਸੀ ਉਹਦਾ ਨਾਮ ਮੇਰੇ ਖਿਆਲ ਨੇ ਦੇ ਦਾਦਾ ਪਰਦਾਦਾ ਸੀ ਕੋਈ ਉਹ ਜਿਹੜੇ ਮੁਸਲਮਾਨ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਜਾਂ ਉਹ ਉਹਨਾਂ ਤਾਕਤਾਂ ਦੇ ਖਿਲਾਫ ਲੜ ਕੇ ਆਜ਼ਾਦੀ ਦੇ ਮੁਜਾਹਿਦ ਸੀ ਨਾ ਪੁਰਾਣੀ ਗੱਲ ਹੈ ਉਹਨਾਂ ਨੂੰ ਫੜ ਫੜ ਕੇ ਵੇਚਦਾ ਸੀ ਤੇ ਮਰਬੇ ਲੈਂਦਾ ਸੀ ਕੋੜੀਆਂ ਲੈਂਦਾ ਸੀ ਦਰਬਾਰ ਲੈਂਦਾ ਸੀ ਇਹ ਸ਼ਾਹ ਮਮੂਦ ਕ੍ਰੋਸ਼ੀ ਹੈ ਤੇ ਇਹ ਤੇ ਨਿਆਜ਼ੀ ਵਰਗਾ ਨੂੰ ਵੇਚ ਕੇ ਖਾ ਛੜੇ ਇਹਨੇ ਉਹ ਨਿਆਜ਼ੀ ਨੂੰ ਸਿਰੇ ਤੋਂ ਪਾਰਟੀ ਚੋਂ ਕੱਢ ਛੜਿਆ ਉਹਨੇ ਕਿਹਾ ਜੀ ਇਹਦਾ ਪਾਰਟੀ ਨਾਲ ਕੋਈ ਤਲਕ ਵਾਸਤਾ ਨਹੀਂ ਉਹ ਆਪਣੇ اجلاس ਬੁਲਾ ਰਿਹਾ ਲੋਕਾਂ ਨੂੰ ਜਾ ਕੇ ਮਿਲ ਰਿਹਾ ਕਿ ਇਹਦਾ ਪਾਰਟੀ ਨਾਲ ਕੋਈ ਤਲਕ ਵਾਸਤਾ ਨਹੀਂ ਨਾ ਹੀ ਇਹਦਾ ਕੋਈ ਸਾਥਕਾ ਬੈ ਤੇ ਮੈਂ ਆ ਪਾਰਟੀ ਜਿਹੜੀ ਤਰੀਕੇ ਇਨਸਾਫ ਹੈ ਮੈਂ ਇਹਦਾ ਹੁਣ ਸਾਰਾ ਕੁਝ ਆ ਤੇ ਇਹ ਨੂੰ ਅਸੀਂ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਔਰ ਉਹਨੇ ਇੱਕ ਨੋਟੀਫਿਕੇਸ਼ਨ ਵੀ ਕੱਢ ਦਿੱਤਾ ਔਰ ਕੱਢ ਕੇ ਤੇ ਉਹਨਾਂ ਨੇ WhatsApp ਵੀ ਕਰ ਦਿੱਤਾ ਨਿਆਜ਼ੀ ਨੂੰ ਸਰ ਜੀ ਤੁਹਾਡਾ ਪਾਰਟੀ ਨਾਲ ਹੁਣ ਕੋਈ ਤਲਕ ਵਾਸਤਾ ਨਹੀਂ ਮਤੇ ਤੁਸੀਂ ਕਿਸੇ ਹੋਰ ਦੇ ਹਿਲੇ ਹੋਵੋ ਮੈਂ ਹੁਣ ਬਣ ਚੁੱਕੇ ਆ ਇਹ ਚੇਅਰਮੈਨ ਤੇ ਇਹ ਮੈਂ ਹੀ ਕਰਨਾ ਜੋ ਕੁਝ ਕਰਨਾ ਤਿੰਨ ਅਜਲਾਸ਼ ਸ਼ਾਹਮੂਦ ਕੁਰੀਸ਼ ਨੇ ਬੁਲਾਏ ਪਾਰਟੀ ਦੇ ਉਹਦੇ ਵਿੱਚ ਬੰਦੇ ਤੇ ਸਿਰਫ 6 ਸਾਥੀ ਆਏ ਯਾਨੀ ਕਿ ਆਨਲਾਈਨ ਉਹਦੇ ਵਿੱਚ ਨਿਆਜ਼ੀ ਨੂੰ ਨਹੀਂ ਬੁਲਾਇਆ ਗਿਆ ਵੱਡੀ ਖਬਰ ਦੇ ਰਿਆ ਕਿ ਸ਼ਾ ਮਮੂਦ ਕੁਰੇਸ਼ੀ ਨੇ ਇਮਰਾਨ ਖਾਨ ਨੂੰ ਤਰੀਕੇ ਇਨਸਾਫ ਦੇ ਵਿੱਚੋਂ ਕੱਢ ਦਿੱਤਾ ਯਾਨੀ ਕਿ ਦੇਸ਼ ਨਿਕਾਲਾ ਦੇ ਦਿੱਤਾ ਇਹ 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 ਇਹਦੇ ਤੇ ਇੱਕ ਹੋਰ ਵੀ ਸਾਡੇ ਕੋਲ ਖਬਰ ਆ ਨਿਆਜ਼ੀ ਨੇ ਵੀ ਇੱਕ ਅਜਲਾਸ ਬੁਲਾਇਆ ਸੀ ਬਲਕਿ ਚਾਰ ਅਜਲਾਸ ਬੁਲਾਏ ਸੀ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆ ਨਹੀਂ ਜ਼ੂਮ ਦੇ ਉੱਤੇ ਆਨਲਾਈਨ ਜਿਹੜੇ ਅਜਲਾਸ ਹੁੰਦੇ ਨੇ ਇੰਟਰਨੈਟ ਤੇ ਉਹ ਉਹਦਾ ਵੀ ਤੁਹਾਨੂੰ ਅਸੀਂ ਪਹਿਲੇ ਦੱਸਾਂ ਅਗਲੀ ਵੀਡੀਓ ਜਦ ਦੱਸਾਂਗੇ ਹੁਣ ਤੁਹਾਨੂੰ ਅਸੀਂ ਸ਼ਾਮ ਮੂਦ ਕੁਰੇਸ਼ੀ ਦੇ ਇਜਲਾਸ ਦਾ ਦੱਸਨੇ ਆ ਕਿ ਉਹਨੇ ਉਹ ਇਜਲਾਸ ਦੇ ਇੱਕ ਦੋ ਕੀਤੇ ਨੇ ਬੰਦੇ ਨਾਲ ਰਾfte ਕੀਤੇ ਨੇ ਬੰਦੇ ਤੇ ਆਵੇਂ ਦੋ ਚਾਰ ਹੀ ਉਹਦਾਂ ਮਿਲੇ ਨੇ ਔਰ ਉਹ ਵੀ ਬੜੇ ਭੜੇ ਹਾਲਤ ਨਾਲ ਜੀ ਪਤਾ ਨਾ ਲੱਗੇ ਬਾਹਰ ਕੇ ਅਸੀਂ ਮੀਟਿੰਗਾਂ ਕਰ ਰਿਆ ਤਰੀਕੇ ਨਾਲ ਉਹਨੇ ਕਿਹਾ ਨਹੀਂ ਅਸੀਂ ਖਾਣ ਨੂੰ ਜਦੋਂ ਕੱਟ ਦਿੱਤਾ ਤੇ ਜਿਹੜਾ ਮੁਜਰਮ ਸੀ ਉਹ ਤੇ ਨਿਕਲ ਗਿਆ ਤੇ ਸਾਡਾ ਤੇ ਹੁਣ ਅਸੀਂ ਤੇ ਸਾਡਾ ਸਾਰਾ ਕੁਝ ਸਾਫ਼ ਹੈ ਨਾ ਹੁਣ ਸ਼ਾਮ ਮੂਦ ਕੁਰੇਸ਼ੀ ਉਹ ਨਹੀਂ ਪਤਾ ਕਿ ਇਹ ਵੀ ਸਹੂਲਤਕਾਰ ਹੈ ਇਸ ਵੀ ਅੰਦਰ ਜਾਣਾ ਐਵੇਂ ਚੰਦ ਦਿਨਾਂ ਵਾਸਤੇ ਖਿਆਲ Eid ਕਰਨ ਵਾਸਤੇ ਬਾਹਰ ਉਹਨਾਂ ਠੀਕ ਹੈ ਨਾ ਤੇ ਉਹਨੇ ਕੁਰੇਸ਼ੀ ਨੇ ਨਿਆਜ਼ੀ ਨੂੰ ਪੀਟੀਆਈ ਦੇ ਵਿੱਚੋਂ ਅਫੀਸ਼ੀਅਲੀ ਤੌਰ ਤੇ ਫਾਰਕ ਕਰ ਦਿੱਤਾ ਅਗਲੀ ਖਬਰ ਹੈ ਨਿਆਜ਼ੀ ਦੀ ਗ੍ਰਿਫਤਾਰੀ ਤੋਂ ਪਹਿਲੇ ਵੱਡੇ ਜਰਨਲ ਨੂੰ ਸਜ਼ਾ Imran Khan ਦੀ ਗ੍ਰਿਫਤਾਰੀ ਤੋਂ ਪਹਿਲੇ ਜੋ ਗੱਲਾਂ ਚੱਲਦੀਆਂ ਨੇ ਪਈਆਂ ਜੋ ਸਾਡੇ ਕੋਲ ਇਤਲਾਹ ਆਉਂਦੀ ਪਈ ਕੋਈ ਦੋ ਤਰਾ ਬਰਗੇਡੀਅਰ ਨੇ ਕੋਈ ਇਸ ਤਰ੍ਹਾਂ ਕੋਈ ਇੱਕ ਦੋ ਜਰਨਲ ਨੇ ਜਿਵੇਂ ਲੋਕ ਲੋਕੋਰ ਕਮਾਂਡਰ ਲਾਹੌਰ ਸੀ ਕੀ ਨਿਆਜ਼ ਫਿਆਜ਼ ਕੇ ਪਤਾ ਨਹੀਂ ਕੀ ਉਹਦਾ ਨਾਂ ਸੀ ਜ਼ਿਹਨ ਚੋਂ ਨਿਕਲ ਜਾਂਦਾ ਯਾਰ ਇਸ ਤਰ੍ਹਾਂ ਦੇ ਬੰਦੇ ਇਹਨਾਂ ਨੂੰ ਸਜ਼ਾ ਪਹਿਲੇ ਇੱਕ ਮਿਸਾਲ ਬਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾਰੀ ਜੋ ਖਬਰ ਆ ਰਹੀਆਂ ਨੇ ਮੈਂ ਤਾਂ ਬਿਲਕੁਲ ਰਾਜ਼ੀ ਹਾਂ ਸ਼ਾਹ ਜੀ ਕਿ ਸਵੇਰੇ ਦਿਓ ਸਵੇਰੇ ਦਿਓ ਦੇਖ ਮਿਸਾਲ ਕਾਇਮ ਕਰੋ ਇਹ ਸਾਰਿਆਂ ਦੇ ਮੂੰਹ ਬੰਦ ਹੋ ਜਾਣ ਇਹ ਜਿੰਨੇ ਵੀ ਗੱਲਾਂ ਨਹੀਂ ਕਰ ਰਹੇ ਜੀ ਫੌਜੀ ਅਦਾਲਤਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਬੱਕਰੇ ਜਿਹੜੇ ਦੋ ਪੀਪਲ ਪਾਰਟੀ ਦੇ ਸੀ ਇਹ ਜਿਹੜੇ ਕੱਢ ਦਿੱਤੇ ਨੇ ਜ਼ਰਦਾਰੀ ਸਾਹਿਬ ਨੇ ਇਹ ਦੋ ਬੱਕਰਿਆਂ ਨੂੰ ਵੀ ਕੰਨ ਹੋ ਜਾਣ ਤੇ ਮੈਂ ਇਹਨਾਂ ਬੱਕਰਿਆਂ ਨੂੰ ਵੀ ਫੜ ਲਾਂ ਇਤਜ਼ਾਜ਼ ਆ ਸਾਨੂੰ ਤੇ ਛੋਟੇ 1.5 ਫੁੱਟੀਏ ਨੂੰ ਵੀ ਉਹ ਜਿਹੜਾ ਸਿਰ ਤੇ ਗਲਾਸ ਰੱਖ ਕੇ ਡਾਂਸ ਕਰਦਾ ਠੀਕ ਹੈ ਨਾ ਫਿਰ ਉੱਤੇ ਰੋੜਦਾ ਆਪਣੇ ਜਿਸਮ ਦੇ ਤੇ ਆ ਵੀ ਫਿਰ ਚੜਦਾ ਜਿਹੜੀ ਸ਼ਰਾਬ ਰੋੜਦਾ ਉੱਤੇ ਤੇ ਮੈਨੇ ਇਹ ਨਦੂਆਂ ਨੂੰ ਗ੍ਰਸਤਾਰ ਨ ਕਰ ਲਈ ਸ਼ਾਹ ਜੀ ਅੱਦੂਆਂ ਲੈ ਲਿਆ ਨੂੰ ਬਖਰਿਆ ਨੂੰ ਤੇ ਇਹ ਇਹ ਨਿਆਜ਼ੀ ਦੀ ਗ੍ਰਸਤਾਰੀ ਤੋਂ ਪਹਿਲੇ ਜੋ ਤਫਸੀਲ ਸਾਡੇ ਕੋਲ ਆਈ ਏ ਕਿ ਇਹ ਕਿ ਇਹ ਕੋਈ ਕਿਸੇ ਫੌਜੀ ਜਨਰਲ ਨੂੰ ਸਜ਼ਾ ਜਿਹੜੀ ਉਹ ਹੋਣੀ ਏ 21 ਸਾਲ ਜਾਂ 14 ਸਾਲ ਜਾਂ ਜਿੰਨਾ ਵੀ ਉਹ ਮਹਿਕਮੇ ਦੇ ਵਿੱਚ ਜੋ ਸਾਖਤਾ ਹੁੰਦਾ ਫੌਜੀ ਅਦਾਲਤ ਦਾ ਇੱਕ ਤਰੀਕੇ ਕਰ ਹੁੰਦਾ ਉਹਦੇ ਮੁਤਾਬਕ ਜਿਹੜੀ ਉਹ ਹੋਣੀ ਏ ਤੇ ਉਸ ਤੋਂ ਬਾਅਦ ਨਿਆਜ਼ੀ ਦੀ ਗ੍ਰਸਤਾਰੀ ਕੀਤੀ ਜਾਂ ਚਾ ਕੇ ਫਿਰ ਕਿਸੇ ਨੂੰ ਏ ਇਹਨਾਂ ਕੋ ਕਹਿਣ ਲੱਗਾ ਜੀ ਵੇਖੋ ਜੀ ਜ਼ਿਆਤੀ ਹੋ ਰਹੀ ਹੈ ਤੇ ਫਲਾਂ ਹੋ ਰਿਹਾ ਹੈ ਤੇ ਇਹ ਹੋ ਰਿਹਾ ਹੈ ਬਲਕਿ ਅਸੀਂ ਸ਼ਾਹ ਜੀ ਤੁਹਾਡੇ ਨਾਲ ਜ਼ਿਆਤੀ ਵਾਲਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਬਿਲਕੁਲ ਇਹ ਜਿਹੜੇ 59 ਬੰਦੇ ਕੱਲ ਆਏ ਨੇ ਪਰਸੋਂ ਇੱਕ ਬਰਗੇਡੀਅਰ ਵੀ ਸੀ ਉਹ ਜਵੇਦ ਤੇ ਨਾਲ ਜਿਹੜੇ ਤੁਸਾਨੂੰ ਲੈ ਕੇ ਆਇਓ ਉਹ ਇੱਕ ਦੋ ਐਮਪੀਏ ਵੀ ਸੀ ਇਹਨਾਂ ਨੂੰ ਵੀ ਦਿਓ ਉਹ ਜਿਹੜਾ ਕੋਰ ਕਮਾਂਡਰ ਸੀ ਲਾਹੌਰ ਵਾਲਾ ਉਹਨੂੰ ਵੀ ਦਿਓ ਉਹਦੀ ਜਿਹੜੀ ਫੈਮਿਲੀ ਸੀ ਸੱਜੇ ਖੱਬੇ ਜਿਹੜੇ ਉਹਨਾਂ ਨੇ ਸਾਥ ਤਾਬ ਕੀਤੇ ਸੀ ਉਹ ਵੀ ਉਹਨਾਂ ਨੂੰ ਵੀ ਦਿਓ ਸਾਰ ਅੱਗੇ ਚਲੀਏ ਮੁਲਕ ਨੂੰ ਅੱਗੇ ਲੈ ਕੇ ਜਾਣਾ ਤੇ ਨਿਆਜ਼ੀ ਨੂੰ ਫੜੀ ਗਈ ਆਵਾਮ ਜਿਹੜੀ ਹੈ ਉਹਨਾਂ ਦਾ ਬੜਾ ਪ੍ਰੈਸ਼ਰ ਹੈ ਸਾਡੇ ਤੇ ਹਰ ਰੋਜ਼ ਮੈਨੂੰ ਪੁੱਛਦੇ ਨੇ ਕਿ ਕਦੋਂ ਫੜਿਆ ਜਾਣਾ ਹੈ ਕਦੋਂ ਫੜਿਆ ਜਾਣਾ ਹੈ ਤੇ ਇਸ ਵਾਸਤੇ ਗੱਲ ਨੂੰ ਅੱਗੇ ਤੋਰੀਏ ਫੜ ਕੇ ਅੰਦਰ ਦਿਓ بلوچستان ਨਾਲ ਲੈ ਜੋ ਸੋਹਣਾ ਮੌਸਮ ਹੈ ਅੱਲਾਹ ਅੱਲਾਹ ਤੇ ਖੈਰ ਸਲਾ ਹੁਸਾ ਕਰ ਨਾ ਟੋਲਾ ਹੁਸੀ ਤੇ ਨਾ ਰੋਲਾ ਪੋਸੀ ਮੁਲਕ ਅੱਗੇ ਲੈ ਕੇ ਜਾਣਾ ਪਈ ਜੀ ਠੀਕ ਹੈ ਨਾ ਜੀ ਤੇ ਇਹ ਜਨਾਬ ਚੀਫ ਜਸਟਿਸ ਜਿਹੜਾ ਸਾਬਕਾ ਉਹਦੀ ਫੈਮਲੀ ਫੜੀ ਗਈ ਹੈ ਮਾਈਆਂ ਬੇਨ ਕਾਬ ਅਸੀਂ ਕਰ ਦਿੱਤੀਆਂ ਨੇ ਤੇ ਕੁਰੇਸ਼ੀ ਨੇ ਨਿਆਜ਼ੀ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਤੇ ਨਿਆਜ਼ੀ ਦੀ ਗ੍ਰਿਫਤਾਰੀ ਤੋਂ ਪਹਿਲੇ ਇੱਕ ਜਰਨਲ ਨੂੰ ਸਜ਼ਾ ਸੁਣਾਈ ਜਾ ਰਹੀ ਏ ਬਚਤਾ ਨਹੀਂ ਯਕੀਨ ਕਰੋ ਗੱਲ ਬੜੀ ਅਗਾ ਨਿਕਲ ਗਈ ਕਿਸੇ ਸੂਰਤ ਮੇ ਪੀਰਨੀ ਹੋ ਜਾਏ ਇਹ ਹੋ ਜਾ ਮਲਕ ਰਿਆਜ਼ ਹੋ ਜਾਏ ਇਥੇ ਹੁਣ ਤੇ ਲੈਣਾ ਲੱਗੀਆਂ ਪਈਆਂ ਯਕੀਨ ਕਰੋ ਅਜੇ ਬੜਾ ਕੁਝ ਫੜਨ ਵਾਲਾ ਬਹੁਤ ਸ਼ੁਕਰੀਆ